ਰਚਾਇਆ ਵਿਆਹ ਅਤੇ ਮੈਨੂੰ ਬਹੁਤ ਖੁਸ਼ੀ ਮਿਲੀ ਹੈ ਇੱਥੇ ਅਤੇ ਇੰਡੀਆ 'ਚ ਆ ਕੇ ਮੈਂ ਵਿਆਹ 5-7 ਸਾਲ ਹੋ ਗਏ ਰਹੇ ਵੀ ਮੈਂ ਇਹਦਾ ਵਿਆਹ ਕਰਾਂ ਅਤੇ ਆਪਣੀ ਨੂੰ ਲਿਆਵਾਂ। ਛੋਟਾ ਹੁੰਦਾ ਸੀ ਅਤੇ ਬਹੁਤ ਸ਼ਰਾਰਤੀ ਸੀ ਅਤੇ ਕਈ ਵਾਰ ਤਾਂ ਕਾਬੂ ਵੀ ਨਹੀਂ ਸੀ ਆਉਂਦਾ ਹੁੰਦਾ ਸਾਡੇ ਕੋਲ ਅਤੇ ਆਪਣੇ ਦਾਦੇ ਨਾਲ ਇਹਨੇ ਬਹੁਤ ਪਿਆਰ ਕੀਤਾ, ਆਪਣੇ ਦਾਦੇ ਦੀ ਬਹੁਤ ਸੇਵਾ ਕੀਤੀ ਅਤੇ ਮਹਾਰਾਜ ਜੀ ਨੂੰ ਚੜ੍ਹਦਿਆਂ ਕਲਾਂ ਦੀ ਤਰਫੇ ਅੱਜ ਕਰਦਿਆਂ ਹਨ। ਬਹੁਤ ਹੀ ਵਧੀਆ ਲੱਗ ਰਿਹਾ, ਸਾਰਾ ਪਰਿਵਾਰ ਇਕੱਠੇ ਹੋਏ ਹਾਂ ਅਤੇ ਬਹੁਤ ਵਧੀਆ ਹੁੰਦਾ ਪਿਆ। ਮੇਰੇ ਦੋ ਬੇਟੇ ਨੇ ਮਹਾਰਾਜ ਜੀ ਨਾਲ ਚੜ੍ਹਦਿਆਂ ਕਲਾਂ ਦੀ ਤਰਫੇ ਜਾਗੋ 'ਚ ਕਾਫ਼ੀ ਐਕਸਾਈਟਮੈਂਟ ਸੀ ਨਾ, ਜਿੱਦਾਂ ਆਪਣੇ ਹੁੰਦਾ ਨਾ ਕਿ ਲਾਈਕ ਜਾਗੋ ਦਾ ਦਿਨ ਆਉਣਾ ਨਾ, ਸੋ ਪਹਿਲਾਂ ਵੈਡਿੰਗ ਤੋਂ ਪਹਿਲਾਂ ਮੇਨ ਪਾਰਟੀ ਜਾਗੋ ਦੀ ਹੁੰਦੀ, ਸੋ ਕਾਫ਼ੀ ਐਕਸਾਈਟਮੈਂਟ ਸੀ। ਸਾਰਾ ਅਰੇਂਜਮੈਂਟ ਜਿੱਦਾਂ ਲਾਈਕ ਮੈਂ ਆਪਣੀ ਆਪਣੇ ਮੁਤਾਬਕ ਕੀਤਾ ਸੀ ਕਿ ਜੋ ਜੋ ਮੈਨੂੰ ਆਪਣੇ ਦਿਲ ਦੀ ਵਿਸ਼ ਸੀ ਨਾ ਕਿ ਮੈਂ ਲਾਈਕ ਇੱਦਾਂ ਜਾਵਾਂ ਜਾਂ ਇੱਦਾਂ ਕਰਾਂ, ਸੋ ਹੋਪ ਸੋ ਉੱਦਾਂ ਹੀ ਹੋਇਆ, ਸਾਰਾ ਕੁਝ ਵਧੀਆ ਹੋ ਗਿਆ। ਸੋ ਬਹੁਤ ਇੰਜੋਏ ਕੀਤਾ, ਸਾਡੀ ਸਾਰੀ ਫੈਮਿਲੀ ਨੇ ਆਪਾਂ ਬਹੁਤ ਇੰਜੋਏ ਕੀਤਾ। ਸੋ ਪ੍ਰੀਆ ਨੂੰ ਮਿਲਿਆ ਅਤੇ ਅਸੀਂ ਕਾਫ਼ੀ ਇੱਕ ਦੂਜੇ ਨਾਲ ਮਿਲੇ, ਅੰਡਰਸਟੈਂਡਿੰਗ ਕਾਫ਼ੀ ਵਧੀਆ ਹੋਈ। ਸੋ ਮੈਂ ਫਿਊਚਰ ਵਿੱਚ ਟਰਾਈ ਕਰਦਾ ਜਿੱਦਾਂ ਆਪਣੇ ਵੱਲੋਂ ਉਹਦਾ ਬੈਸਟ ਕਰਨ ਦੀ ਕਿ ਉਹਦੀ ਕੇਅਰ ਕਰਾਂ ਸਭ ਕੁਛ, ਹੈ ਨਾ, ਉਹਦੀ ਲੁੱਕ ਆਫਟਰ ਕਰਾਂ, ਫਿਊਚਰ 'ਚ ਵੀ ਬਹੁਤ ਜ਼ਿਆਦਾ ਪਿਆਰ ਕਰਾਂਗਾ, ਹੈ ਨਾ, ਅਤੇ ਬਾਕੀ ਉਹ ਵੀ ਮੇਰੀ ਕਾਫ਼ੀ ਕੇਅਰ ਕਰਦੀ ਹੈ ਅਤੇ ਹੋਪ ਸੋ ਪਿਆਰ ਵੀ ਕਰਦੀ ਹੋਵੇਗੀ। ਅਤੇ ਬਾਕੀ ਪਿਛਲੇ ਸਾਲ ਜਦੋਂ ਆਪਾਂ ਇੰਗੇਜਮੈਂਟ ਕਰਕੇ ਗਏ ਅਤੇ ਇੱਦਾਂ ਲੱਗਦਾ ਸੀ ਜਿੱਦਾਂ ਨਾ ਟਾਈਮ ਬਹੁਤ ਜ਼ਿਆਦਾ ਵਿੱਚ ਪੈ ਗਿਆ ਨਾ, ਪਰ ਟਾਈਮ ਦਾ ਇੱਦਾਂ ਹੋਇਆ ਪਤਾ ਵੀ ਨਹੀਂ ਲੱਗਿਆ ਕਿੱਦਾਂ ਮਿੰਟੋ ਮਿੰਟ ਗਿਆ। ਹੁਣ ਆ ਫਾਈਨਲੀ ਵੈਡਿੰਗ ਦਾ ਦਿਨ ਆ ਗਿਆ, ਸੋ ਐਕਸਾਈਟਮੈਂਟ ਬਹੁਤ ਜ਼ਿਆਦਾ ਵੈਸੇ ਅਤੇ ਮੈਂ ਖੁਸ਼ ਵੀ ਬਹੁਤ ਜ਼ਿਆਦਾ ਵੈਸੇ ਅਤੇ ਹੋਪ ਸੋ ਆਪਾਂ ਫਿਊਚਰ 'ਚ ਵੀ ਖੁਸ਼ ਹੀ ਰਹਾਂਗੇ। ਹੱਥ ਚ ਕਲੀ ਰੇ ਤੇਰੇ ਹੱਥ ਕਿਰਪਾਨ ਸੀ, ਮੈਂ ਵੀ ਲੱਗਦੀ ਸੀ ਰਾਣੀ ਤੇਰੀ ਰਾਜਿਆਂ ਦੀ ਸ਼ਾਨ ਸੀ। ਮੇਰੇ ਹੱਥ ਚ ਕਲੀ ਰੇ ਤੇਰੇ ਹੱਥ ਕਿਰਪਾਨ, ਮੈਂ ਵੀ ਲੱਗਦੀ ਸੀ ਰਾਣੀ ਤੇਰੀ ਰਾਜਿਆਂ ਦੀ ਸ਼ਾਨ ਸੀ। ਤੇਰੀ ਬੇਬੇ ਸਿਰੋਂ ਪਾਣੀ ਵਾਰਦੀ, ਤੇਰੀ ਬੇਬੇ ਸਿਰੋਂ ਪਾਣੀ ਵਾਰਦੀ, ਮੈਂ ਵੀ ਪੈਰੀ ਉਹਦੇ ਪਈ ਜਾਨੀ ਹਾਂ। ਮੈਂ ਸੁਪਨੇ ਚ ਰੋਜ਼ ਵੇਖਦੀ ਲਾਵਾਂ ਤੇਰੇ ਨਾਲ ਲਈ ਜਾਂਦੀਆਂ, ਮੈਂ ਸੁਪਨੇ ਚ ਰੋਜ਼ ਵੇਖਦੀ ਲਾਵਾਂ ਤੇਰੇ ਨਾਲ ਲਈ ਜਾਂਦੀਆਂ, ਮੈਂ ਸੁਪਨੇ ਚ ਹਾਂ ਸੁਪਨੇ ਚ ਰੋਜ਼ ਵੇਖਦੀ ਲਾਵਾਂ ਤੇਰੇ ਨਾਲ ਲਈ ਜਾਂਦੀਆਂ। ਮਾਂ ਤੇ ਗਿਆ ਏ ਵੇ ਕੰਜੂਸ ਕਹਿੰਦੀਆਂ, ਪਾਪੀਆਂ ਪਿਆਰ ਨਾਲ ਗਾਲਾਂ ਦਿੰਦੀਆਂ, ਮਾਂ ਤੇ ਗਿਆ ਏ ਵੇ ਕੰਜੂਸ ਕਹਿੰਦੀਆਂ, ਰੀਬਨ ਕਟਾਉਣ ਵੇਲੇ ਛੋਟੀ ਆਖਦੀ, ਰੀਬਨ ਕਟਾਉਣ ਵੇਲੇ ਛੋਟੀ ਆਖਦੀ, ਜੀਜੂ ਕਰਦਾ ਏ ਬੇਈਮਾਨੀਆਂ। ਮੈਂ ਸੁਪਨੇ ਚ ਰੋਜ਼ ਵੇਖਦੀ
ਨਾ ਮੈਂ ਸੇਵ ਕਰਕੇ ਕੱਟਣੇ ਨੇ ਟੂਰੀ ਕੀਕ ਕਰਕੇ ਰੱਖੀਆਂ ਲੋਕੇਸ਼ਨਾਂ ਮੈਂ ਸੇਵ ਕਰਕੇ ਕੱਢਣੇ ਨੇ ਟੂਰੀ ਕੀਕ ਕਰਕੇ ਕੋਕਰੀ ਮੈਂ ਹੱਥਾਂ ਵਿੱਚ ਹੱਥ ਫੜ ਕੇ ਕੋਕਰੀ ਮੈਂ ਹੱਥਾਂ ਵਿੱਚ ਹੱਥ ਫੜ ਕੇ ਹਾਏ ਸੈਲਫੀਆਂ ਲਈ ਜਾਨੀਆਂ ਮੈਂ ਸੁਪਨੇ ਚ ਰੋਜ਼ ਵੇਖਦੀ ਲਾਵਾਂ ਤੇਰੇ ਨਾਲ ਲਈ ਜਾਨੀਆਂ ਮੈਂ ਸੁਪਨੇ ਚ ਰੋਜ਼ ਵੇਖਦੀ ਲਾਵਾਂ ਤੇਰੇ ਨਾਲ ਸ਼ਗਨਾਂ ਦੀ ਕੜੀ ਨੂੰ ਆਉਂਦਾ ਨੀ ਯਕੀਨ ਤੇਰੇ ਨਾਲ ਖੜੀ ਨੂੰ ਉਡੀਕਿਆ ਬੜਾ ਮੈਂ ਸ਼ਗਨਾਂ ਦੀ ਕੜੀ ਸੁਪਨੇ ਚ ਹਾਂ ਸੁਪਨੇ ਚ